ਮੈਂ ਵੀ ਕਿੰਨਾ ਪੈ ਗਿਆ ਕਹਿੰਦਾ 54 ਲੀਟਰ ਮੈਂ ਨਾ ਜਿੱਦਣ ਲੱਗ ਗਈ ਮੈਂ 54 ਲੀਟਰ ਟੈਂਕੀ ਹੀ ਨਹੀਂ ਜਿਹਦੀ ਬਰਨਾਲਾ 'ਚ ਸਥਿਤ ਪੈਟਰੋਲ ਪੰਪ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ 44 ਲੀਟਰ ਦੀ ਟੈਂਕੀ ਵਾਲੇ ਟਰੈਕਟਰ 'ਚ 54 ਲੀਟਰ ਡੀਜ਼ਲ ਪਾ ਦਿੱਤਾ ਗਿਆ। ਇਹ ਟਰੈਕਟਰ ਇੱਕ ਕਿਸਾਨ ਦਾ ਸੀ ਅਤੇ ਕਿਸਾਨ ਮੁਤਾਬਕ ਟਰੈਕਟਰ ਵਿੱਚ 10 ਲੀਟਰ ਡੀਜ਼ਲ ਪਹਿਲਾਂ ਵੀ ਸੀ ਅਤੇ ਜਦੋਂ ਉਸ ਨੇ ਡੀਜ਼ਲ ਪਵਾਉਣ ਦੇ ਲਈ ਟਰੈਕਟਰ ਨੂੰ ਪੈਟਰੋਲ ਪੰਪ 'ਤੇ ਲਗਾਇਆ ਤਾਂ ਕਰਿੰਦਿਆਂ ਵੱਲੋਂ ਡੀਜ਼ਲ ਪਾ ਕੇ 54 ਲੀਟਰ ਡੀਜ਼ਲ ਦਾ ਬਿੱਲ ਬਣਾ ਦਿੱਤਾ ਗਿਆ। ਇਸ 'ਤੇ ਹੀ ਕਿਸਾਨ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਕਿਸਾਨ ਨਾਲ ਹੋਏ ਇਸ ਧੋਖੇ ਤੋਂ ਬਾਅਦ ਕਿਸਾਨ ਯੂਨੀਅਨ ਨੇ ਵੀ ਕਿਸਾਨ ਦਾ ਸਾਥ ਦੇਣ ਦੇ ਲਈ ਪੈਟਰੋਲ ਪੰਪ 'ਤੇ ਹੀ ਧਰਨਾ ਦੇ ਦਿੱਤਾ ਅਤੇ ਹੁਣ ਇਹ ਕਿਸਾਨ ਯੂਨੀਅਨ ਵੱਲੋਂ ਇਸ ਪੈਟਰੋਲ ਪੰਪ ਨੂੰ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਤੇਲ ਟਰੈਕਟਰ 'ਚ ਪਵਾਈ ਫੋੜ ਜੀ, ਇਹ 'ਚ ਤੇਲ ਪਵਾਇਆ ਸੀ, ਇਹਨੂੰ ਕਿਹਾ ਜੀ ਟੈਂਕੀ ਫੁੱਲ ਕਰ ਦਿਓ। ਇਹਨਾਂ ਨੇ ਟੈਂਕੀ ਫੁੱਲ ਕਰਤੀ, ਪਹਿਲਾਂ ਵੀ ਟਰੈਕਟਰ ਦੇ ਵਿੱਚ 10 ਲੀਟਰ ਤੇਲ ਹੈਗਾ ਜੀ। ਇਹਨਾਂ ਨੇ ਕਹਿੰਦੇ ਵੀ ਟੈਂਕੀ ਫੁੱਲ ਕਰਕੇ ਮੈਨੂੰ ਕਹਿੰਦੇ ਵੀ 4000 ਦਾ ਤੇਲ ਪੈ ਗਿਆ। ਮੈਂ ਵੀ ਕਿੰਨਾ ਪੈ ਗਿਆ ਕਹਿੰਦਾ 54 ਲੀਟਰ ਮੈਂ ਨਾ ਜਿੱਦਣ ਲੱਗ ਗਈ ਮੈਂ 54 ਲੀਟਰ ਟੈਂਕੀ ਹੀ ਨਹੀਂ ਜੀ ਇਹਦੀ। ਸਾਡੇ ਕੋਲ ਟਰੈਕਟਰ ਘੱਟੋ ਘੱਟ 10 ਸਾਲ ਦਾ ਗਾ, ਇਹਦੀ ਟੈਂਕੀ ਮੈਂ ਵੱਧ ਤੋਂ ਵੱਧ 46 ਲੀਟਰਾਂ ਦੀ ਜੀ। ਇਹ ਜੁਦਾਈ ਕਰਨ ਲੱਗ ਗਿਆ ਮੈਨੂੰ, ਅਸੀਂ ਜਿੱਦਣ ਲੱਗ ਗਏ ਜੀ ਵਾਹਵਾ ਦੋ ਤਿੰਨ ਬੰਦੇ ਸੀ, ਇੱਕ ਮੁੰਡਾ ਮੇਰੇ ਨਾਲ ਹੋਰ ਸੀ ਦਿਆਲਾ, ਉਹ ਜਿੱਦਣ ਲੱਗੇ ਕਰਕੇ ਉਹ ਮੈਨੂੰ ਕਹਿੰਦਾ ਵੀ ਆਪਾਂ ਟਰੈਕਟਰ ਦੀ ਆਪਾਂ ਤੇਲ ਮਿਹਨਤੀ ਕਰ ਲੈਂਦੇ, ਇੱਕ ਬੰਦਾ ਕਹਿੰਦਾ ਇਹਨਾਂ ਦਾ। ਮੈਂ ਕਿਹਾ ਵੀ ਕਰ ਲਓ। ਜਦੋਂ ਜੀ ਅਸੀਂ ਮਿਹਨਤੀ ਕਰੀ ਟਰੈਕਟਰ ਦੇ ਵਿੱਚ ਤੇਲ 42-43 ਲੀਟਰ ਹੀ ਨਿਕਲਿਆ ਜੀ ਵਿੱਚ ਹੀ ਸਾਡੇ ਵਾਲਾ ਪਾ ਕੇ ਜੀ। ਉਦੋਂ ਬਾਅਦ ਅਸੀਂ ਇਹਨਾਂ ਨੂੰ ਦਰਸ਼ਨਾਂ ਨੂੰ ਫੋਨ ਮਾਰਤਾ ਜੀ, ਜੋਧਪੁਰ ਚੀਮਿਆਂ ਵਾਲਿਆਂ ਨੂੰ, ਇਹ ਆ ਗਏ ਜੀ। ਇਹਦਾ ਪੰਪ ਸੀਜ਼ ਹੋ ਜਾਏ ਜੀ, ਇਹਨੂੰ ਜੇਲ੍ਹ 'ਚ ਦਿੱਤਾ ਜਾਵੇ, ਕਿਹੜੀ ਕਾਰਵਾਈ ਚੱਲਦੀ ਉਹ ਹੋਣੀ ਚਾਹੀਦੀ ਜ਼ਰੂਰ। ਅੱਜ ਦਾ ਜੀ ਟਰੈਕਟਰ ਮਿਲਿਆ, ਅਸੀਂ ਮੋਟਰਾਂ ਸਾਈਕਲਾਂ ਟਰੈਕਟਰਾਂ ਵੱਡੀਆਂ ਕਮਾਈਨਾਂ 3-3-4 ਹਜ਼ਾਰ ਲੀਟਰ ਪਾਉਣਾ, ਉਹ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਕਹਿੰਦੇ ਜੀ ਇਹਦੀ ਬਣਦੀ ਸਜ਼ਾ ਇਹਨੂੰ ਭੁਗਤਣੀ ਪਵੇ, ਇਹਨੂੰ ਜੇਲ੍ਹ 'ਚ ਜਾਣਾ ਚਾਹੀਦਾ ਅਤੇ ਇਹਨੂੰ ਪੰਪ ਨੂੰ ਸੀਲ ਹੋਣਾ ਚਾਹੀਦਾ। ਪੀੜਤ ਕਿਸਾਨ ਦੇ ਮੁਤਾਬਿਕ ਪੈਟਰੋਲ ਪੰਪ ਦੇ ਮਾਲਕਾਂ ਦੀ ਪਹਿਲਾਂ ਗੈਸ ਏਜੰਸੀ ਵੀ ਸੀ, ਉਸ ਵੇਲੇ ਵੀ ਸਿਲੰਡਰਾਂ ਵਿੱਚ ਗੈਸ ਦੀ ਹੇਰਾਫੇਰੀ 'ਚ ਪੈਟਰੋਲ ਪੰਪ ਮਾਲਕਾਂ ਨੂੰ ਫੜਿਆ ਗਿਆ ਸੀ ਅਤੇ ਹੁਣ ਵੀ ਉਸਦੇ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਹੁਣ ਵੀ ਉਸ ਨੂੰ ਪੰਪ ਦੇ ਕਰਿੰਦਿਆਂ ਵੱਲੋਂ ਧੋਖੇ ਦਾ ਸ਼ਿਕਾਰ ਬਣਾਇਆ ਗਿਆ। ਮੇਰਾ ਨਾਮ ਸੰਦੀਪ ਸਿੰਘ ਚੀਮਾ ਜੀ, ਭਾਰਤੀ ਕਿਸਾਨ ਜੀ ਨੇ ਡਗਾਉਂਦਾ। ਅਸੀਂ ਅੱਜ ਸਾਨੂੰ ਪਤਾ ਲੱਗਿਆ ਵੀ ਇਹ ਇੱਕ ਉੱਗੋ ਕਹਿੰਦੇ ਕਿਸਾਨ ਨੂੰ ਵੀ ਇੰਡੀਅਨ ਪੈਟਰੋਲ ਪੰਪ ਵਾਲੇ ਜਿਹੜੇ ਸਹਿਣੇ ਦੇ ਨੇ, ਇਹਨਾਂ ਪਹਿਲਾਂ ਵੀ ਇਹ ਜੀ ਸਾਡੇ ਪਿੰਡ ਚੀਮਾ ਦੇ ਵਿੱਚ ਗੈਸ ਸੀ ਜਿਹੜੀ ਉਹ ਘੱਟ ਦੇ ਰਹੇ ਸੀਗੇ, ਉਹ ਪਰ ਇਹ ਫੜੇ ਗਏ ਸੀਗੇ ਜੀ। ਉਦੋਂ ਅਸੀਂ ਪਿੰਡ ਦੇ ਮੋਹਤਬਰ ਬੰਦਿਆਂ ਨੇ ਇਹਨਾਂ ਨੂੰ ਮਤਲਬ ਡੰਡ ਲਾਇਆ, ਚਲੋ ਅਹਿਸਾਸ ਕਰਾ ਕੇ ਛੱਡਤਾ। ਹੁਣ ਇਹ ਦੂਜੀ ਵਾਰ ਜੀ ਇਹ ਕਿਸਾਨ ਦੇ ਟਰੈਕਟਰ ਦੀ ਟੈਂਕੀ ਆ ਜਿਹੜੀ 47 ਲੀਟਰ ਦੀ ਆ, 7 ਲੀਟਰ ਉਹਦੇ ਵਿੱਚ ਤੇਲ ਪਹਿਲਾਂ ਸੀ ਅਤੇ ਇਹਨਾਂ ਨੇ 40 ਲੀਟਰ ਤੇਲ ਪਾ ਕੇ ਕਹਿੰਦੇ 54 ਲੀਟਰ ਪੈ ਗਿਆ, 54 ਲੀਟਰ ਤੇਲ ਪੈ ਗਿਆ ਜੀ। ਜਦੋਂ ਉਹ ਕਿਸਾਨ ਨਾਲ ਬਹਿਸ ਕਰਨ ਲੱਗ ਗਏ ਜੀ, ਬਾਅਦ 'ਚ ਇਹਨਾਂ ਨੇ ਭਾਰਤੀ ਕਿਸਾਨ ਜੀ ਨੇ ਡਗਾਉਂਦਾ ਗ੍ਰਾਹਾਂ ਨੂੰ, ਸਾਨੂੰ ਮੈਸੇਜ ਦਿੱਤਾ ਜੀ। ਅਸੀਂ ਆ ਕੇ ਇੱਥੇ ਜਦੋਂ ਦੇਖਿਆ ਤਾਂ ਤੇਲ ਸੀਗਾ ਜਿਹੜਾ ਸਾਰਾ 40 ਲੀਟਰ ਪਾਇਆ ਜੀ ਇਹਨਾਂ ਨੇ, ਮਤਲਬ 14 ਲੀਟਰ ਦੀ ਕਿਸਾਨ ਨਾਲ ਠੱਗੀ ਮਾਰ ਰਹੇ ਸੀ। ਅਸੀਂ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ, ਇਹਨਾਂ ਦਾ ਪੰਪ ਸੀਲ ਹੋਣਾ ਚਾਹੀਦਾ, ਪਰਚਾ ਦਰਜ ਹੋਣਾ ਚਾਹੀਦਾ ਜੀ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾ ਜੀ, ਘੰਟੇ ਬਾਅਦ ਕਿਸਾਨ ਖੁਦਕੁਸ਼ੀ ਕਰ ਜਾਂਦਾ ਮਜ਼ਦੂਰ। ਅਤੇ ਅਸੀਂ ਵੱਧ ਇਹੀ ਭਾਰਤੀ ਕਿਸਾਨ ਜੀ ਨੇ ਟਿਕਾਉਂਦਾ ਅਤੇ ਗ੍ਰਾਹਾਂ ਵੱਲੋਂ ਮੰਗ ਕਰਦੇ ਹਾਂ ਵੀ ਇਹਨਾਂ ਦਾ ਪੰਪ ਸੀਲ ਹੋਣਾ ਚਾਹੀਦਾ, ਇਹਦੇ ਪੰਪ ਦੇ ਮਾਲਕ 'ਤੇ ਪਰਚਾ ਦਰਜ ਹੋਣਾ ਚਾਹੀਦਾ। ਉੱਧਰ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਹੁਣ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਨਫੋਰਮੇਸ਼ਨ ਮਿਲੀ ਸੀਗੀ ਕਿ ਕਿਸਾਨ ਇੱਥੇ ਤੇਲ ਪਾਉਣ ਆਇਆ ਸੀਗਾ, ਵੀ ਉਹਨੂੰ ਤੇਲ ਕਰਿੰਦੇ ਨੇ ਵੱਧ ਘੱਟ ਪਾਤਾ, ਅਤੇ ਅਸੀਂ ਮੌਕੇ 'ਤੇ ਆਇਆਂਗੇ ਔਰ DFO ਸਾਹਿਬ ਵੀ ਆ ਗਏ, ਮਹਿਕਮੇ ਵਾਲੇ ਆ ਗਏ, ਇਹਨਾਂ ਦੀ ਮਸ਼ੀਨ ਦੀ ਵੀ ਇਹ ਚੈਕਿੰਗ ਕਰਨਗੇ ਔਰ ਤੇਲ ਦੀ ਵੀ ਮਿਹਨਤੀ ਕਰਨਗੇ, ਜਿਹੜੀ ਇਹ ਸਾਨੂੰ ਰਿਪੋਰਟ ਦੇਣਗੇ ਅਸੀਂ ਉਹ ਬਣਦੀ ਕਾਰਵਾਈ ਕਰਦਾਂਗੇ। ਜੇਕਰ ਪੈਟਰੋਲ ਪੰਪ ਮਾਲਕ ਦੀ ਮੰਨੀਏ ਤਾਂ ਪੈਟਰੋਲ ਪੰਪ ਮਾਲਕ ਦੇ ਅਨੁਸਾਰ ਉਸਦੀ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਡੀਜ਼ਲ ਉਸਦੀ ਗੈਰ ਹਾਜ਼ਰੀ ਵਿੱਚ ਕਰਿੰਦਿਆਂ ਵੱਲੋਂ ਪਾਇਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦਾ ਪੰਪ 14 ਸਾਲ ਤੋਂ ਚੱਲ ਰਿਹਾ, ਅੱਜ ਤੱਕ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਮੈਨੂੰ ਮੈਟਰ ਜਦੋਂ ਨੋਟਿਸ ਦੇ ਵਿੱਚ ਆਇਆ ਜੀ, ਮੈਨੂੰ ਪੰਪ ਤੋਂ ਫੋਨ ਆਇਆ ਇਹ ਵੀ ਇਸ ਤਰੀਕੇ ਤੁਹਾਡੇ ਬੰਦੇ ਨੇ ਕੀਤਾ, ਮੈਂ ਆਇਆ। ਉਸ ਤੋਂ ਬਾਅਦ ਅਸੀਂ ਜਾਂਚ ਕਰਨ ਵਾਲੀ ਅਥਾਰਟੀਆਂ ਨੂੰ ਇੱਥੇ ਬੁਲਾ ਲਿਆ ਹੈ, ਉਹ ਸਾਰੀ ਸਾਡੀ ਪੰਪ ਦੀ ਤਫਤੀਸ਼ ਕਰਨ, ਇਸ ਦੀ ਤਸੱਲੀ ਕਰਨ ਤਾਂ ਕਿ ਜੋ ਨਿਸ਼ਪਕਸ਼ਤਾ ਦਾ ਫੈਸਲਾ ਹੋ ਸਕੇ, ਕੌਣ ਸਹੀ ਹੈ ਕੌਣ ਗਲਤ ਹੈ ਉਸ ਦਾ ਦੋਸ਼ ਦਾ ਸਹੀ ਪਤਾ ਲੱਗ ਸਕੇ। ਇਸ ਤਰੀਕੇ ਦਾ 14 ਸਾਲ ਹੋ ਗਏ ਹੈ, 2004 ਦੀ
ਸਾਨੂੰ ਅਲੋਟਮੈਂਟ ਹੋਈ ਹੋਈ ਹੈ ਪੰਪ ਦੀ ਅੱਜ 2018 ਦੇ ਵਿੱਚ ਹੈ। ਬਲਕਿ ਜੋ ਆਗੂ ਇੱਥੇ ਬੈਠੇ ਸਨ ਉਹ ਵੀ ਮੰਨ ਰਹੇ ਨੇ ਅੱਜ ਤੱਕ ਇਸ ਪੰਪ ਦੇ ਨਵੇਂ ਪੈਸੇ ਦੀ ਕੋਈ ਗੜਬੜੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲੱਗਿਆ ਹੈ ਅਤੇ ਇਸ ਦੇ ਵਿੱਚ ਵੀ ਮੈਨੂੰ ਉਮੀਦ ਹੈ ਅਸੀਂ ਨਿਰਦੋਸ਼ ਸਾਬਿਤ ਹੋਵਾਂਗੇ। ਜੇਕਰ ਇਹ ਵੀ ਮੰਨਿਆ ਜਾਵੇ ਕਿ ਕਿਸਾਨ ਝੂਠ ਬੋਲਦਾ ਹੈ ਕਿ ਉਸਦੇ ਟਰੈਕਟਰ ਵਿੱਚ 10 ਲੀਟਰ ਡੀਜ਼ਲ ਪਹਿਲਾਂ ਹੀ ਸੀ ਤਾਂ ਵੀ ਕਰਿੰਦਿਆਂ ਵੱਲੋਂ 54 ਲੀਟਰ ਦਾ ਬਿੱਲ ਕਿਵੇਂ ਬਣਾ ਦਿੱਤਾ ਗਿਆ ਜਦੋਂ ਕਿ ਟੈਂਕੀ ਤਾਂ 44 ਲੀਟਰ ਦੀ ਹੈ ਜਾਂ ਫਿਰ ਟਰੈਕਟਰ ਦੀ ਟੈਂਕੀ ਵੀ ਛੋਟੀ ਹੋ ਗਈ। ਮਾਮਲਾ ਕੁਝ ਵੀ ਹੈ ਪਰ ਮਾਮਲਾ ਗੜਬੜ ਜ਼ਰੂਰ ਹੈ। ਬਰਨਾਲਾ ਤੋਂ ਰਾਜੇਸ਼ ਕੁਮਾਰ, ਪੰਜਾਬੀ ਲੋਕ ਚੈਨਲ।